ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ ਸੋਲਵ 9 ਓਵਰ 11 ਮਾਈਨਸ 4 ਓਵਰ 15। ਠੀਕ ਹੈ ਜੀ, ਅਸੀਂ ਨੂੰ ਸੋਲਵ ਕਰਨਾ ਹੈ। ਸਾਡੇ ਕੋਲ ਸੋਲਵ ਕਰਨ ਦੇ ਦੋ ਮੈਥਡ ਹੈਗੇ ਆ। ਇੱਕ ਤਾਂ ਮੈਥਡ ਕੀ ਕਰਦੇ ਹਾਂ ਅਸੀਂ, ਡਿਨੋਮੀਨੇਟਰ ਸੇਮ ਕਰ ਦਿੰਦੇ ਇਹਨਾਂ ਦੇ। ਦੂਜਾ ਮੈਥਡ ਕੀ ਹੁੰਦਾ ਅਸੀਂ ਐਲਸੀਐਮ ਲੈ ਲੈਂਦੇ ਹਾਂ। ਠੀਕ, ਫਸਟ ਮੈਥਡ ਵੇਖ ਲੈਂਦੇ ਅਸੀਂ। ਠੀਕ ਹੈ, ਫਸਟ ਮੈਥਡ ਸਾਡਾ ਕੀ ਹੈ, ਡਿਨੋਮੀਨੇਟਰ ਸੇਮ ਕਰਨੇ ਅਸੀਂ। ਮਤਲਬ ਕੀ ਕਰਾਂਗੇ ਅਸੀਂ, ਇੱਥੇ ਨੋਮੀਨੇਟਰ ਡਿਨੋਮੀਨੇਟਰ ਤੇ 15 ਮਲਟੀਪਲਾਈ ਕਰ ਦਾਂਗੇ, ਤਾਂ ਇੱਥੇ ਨੋਮੀਨੇਟਰ ਡਿਨੋਮੀਨੇਟਰ ਚ 11 ਮਲਟੀਪਲਾਈ ਕਰ ਦਾਂਗੇ। 9 ਓਵਰ 11 ਇੰਟੂ 15 ਓਵਰ 15 ਮਾਈਨਸ 4 ਓਵਰ 15 ਇੰਟੂ 11 ਓਵਰ 11। ਠੀਕ ਹੈ ਜੀ, ਆਹ ਕੀ ਦੇਖੋ ਲੱਗ ਗਿਆ, 15 ਇੰਟੂ 9 135 ਹੁੰਦਾ ਹੈ, ਤੇ ਨਾਲ 15 ਇੰਟੂ 11 ਕਿੰਨਾ ਆ ਜਾਏਗਾ, 165। ਮਾਈਨਸ 11 4 ਦਾ 44, 11 15 ਦਾ ਕਿੰਨਾ ਆ ਜਾਏਗਾ, 165। ਠੀਕ ਹੈ ਜੀ, ਹੁਣ ਸਾਡਾ ਕੀ ਡਿਨੋਮੀਨੇਟਰ ਸੇਮ ਹੁੰਦਾ ਹੈ, ਉੱਪਰ ਟਰਮ ਬਾਈ ਆਪਰੇਸ਼ਨ ਲਾ ਦਿੰਦੇ ਹਾਂ, ਮਤਲਬ ਜਿਹੜਾ ਸਾਡਾ ਸਾਈਨ ਹੁੰਦਾ ਪਲੱਸ ਮਾਈਨਸ ਦਾ, ਓਵਰ 165। ਆ ਕੀ ਦੇਖੋ ਲੱਗਾ, 91 ਓਵਰ 165। ਠੀਕ ਹੈ ਜੀ, ਹੁਣ ਇਹ ਫਸਟ ਮੈਥਡ ਸਾਡਾ ਸਾਰੇ ਜਿਹਦੇ ਡਿਨੋਮੀਨੇਟਰ ਅਸੀਂ ਸੇਮ ਕਰਦੇ ਹਾਂ। ਹੁਣ ਸੈਕਿੰਡ ਮੈਥਡ ਵੇਖ ਲੈਂਦੇ ਆਪਾਂ। ਇਸ ਚ ਕੀ ਕਰਦੇ ਆ ਅਸੀਂ, ਡਿਨੋਮੀਨੇਟਰ ਦਾ ਐਲਸੀਐਮ ਲੈ ਲੈਂਦੇ ਆ। ਮਤਲਬ ਜਿੱਦਾਂ ਸਾਡੇ ਕੋਲ ਹੈਗਾ 9 ਓਵਰ 11 ਮਾਈਨਸ 4 ਓਵਰ 15, ਅਸੀਂ ਕੀ ਕਰਾਂਗੇ, 15 ਔਰ 11 ਦਾ ਐਲਸੀਐਮ ਕਿੰਨਾ ਆ ਜਾਏਗਾ, 165। ਫਿਰ ਕੀ ਕਰਦੇ ਆ ਅਸੀਂ, 9 ਲਿਖਿਆ, 9 ਨਾਲ ਕੀ ਮਲਟੀਪਲਾਈ ਕਰਦੇ ਆ, 165 ਨੂੰ ਅਸੀਂ ਡਿਵਾਈਡ ਕਰਦੇ ਆ ਕਿਹਦੇ, ਇਹਦੇ ਡਿਨੋਮੀਨੇਟਰ ਨਾਲ। 11 ਨਾਲ ਕਿੰਨਾ ਆ ਗਿਆ, 15, ਇਹਨੂੰ 15 ਨਾਲ ਮਲਟੀਪਲਾਈ ਕਰ ਦਾਂਗੇ ਇੱਥੇ, ਮਾਈਨਸ 4 ਇੰਟੂ, ਫਿਰ ਕੀ ਕਰਦੇ ਆ, 165 ਨੂੰ ਡਿਨੋਮੀਨੇਟਰ ਨਾਲ ਡਿਵਾਈਡ ਕਰਾਂਗੇ, ਕਿੰਨਾ ਆ ਗਿਆ, 11। ਤਾਂ ਇੱਥੇ ਮਲਟੀਪਲਾਈ ਕੀ ਹੋ ਜਾਏਗਾ ਸਾਡੇ ਕੋਲ, 11। ਠੀਕ ਹੈ ਜੀ, 9 ਇੰਟੂ 15 135 ਮਾਈਨਸ 44 ਓਵਰ ਕਿੰਨਾ ਆ ਗਿਆ, 165। ਠੀਕ ਹੈ ਜੀ, ਤੇ ਹੁਣ ਆਹਦਾ ਆਨਸਰ ਕਿੰਨਾ ਆ ਜਾਏਗਾ, ਦੈਟ ਇਜ਼ ਇਕੁਅਲ ਟੂ 91 ਓਵਰ 160। ਜਿਹੜਾ ਮਰਜ਼ੀ ਮੈਥਡ ਯੂਜ਼ ਕਰ ਲਓ, ਆਨਸਰ ਸੇਮ ਆਏਗਾ। ਆਹ ਸਾਡੇ ਕੋਲ ਮੈਥਡ ਹੈਗਾ ਜਿਹਦੇ ਅਸੀਂ ਡਿਨੋਮੀਨੇਟਰ ਸੇਮ ਕਰ ਦਿੰਦੇ ਹਾਂ, ਮਲਟੀਪਲੀਕੇਸ਼ਨ ਵਗੈਰਾ ਕਰਕੇ ਡਿਨੋਮੀਨੇਟਰ ਨਿਊਮੀਨੇਟਰ ਚ, ਇਹ ਚ ਅਸੀਂ ਡਿਨੋਮੀਨੇਟਰ ਦਾ ਐਲਸੀਐਮ ਕੱਢ ਲੈਂਦੇ ਹਾਂ। ਠੀਕ ਹੈ ਜੀ, ਧੰਨਵਾਦ।